ਵੈਸਾਖ ਧੀਰਨ ਕਿਉਂ ਵਾਡਿਆ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲਿਤ੍ਰ ਨਾ ਸੰਗ ਧਨਾ ਹਰ ਅਵਨਾਸੀ ਓ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋ ਦੋ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਇ। ਚੱਲ ਰਹੇ ਸਾਲ ਦਾ ਦੂਸਰਾ ਮਹੀਨਾ ਵੈਸਾਖ, ਇਸ ਮਹੀਨੇ ਦਾ ਉਪਦੇਸ਼ ਕਰਦੇ ਹੋਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 12 ਮਹਾਨਾਮਕ ਬਾਣੀ ਵਿੱਚ ਫਰਮਾਨ ਕਰਦੇ ਨੇ, ਵੈਸਾਖ ਦੇ ਮਹੀਨੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਧੀਰਜ ਕਿਸ ਤਰ੍ਹਾਂ ਹੋ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਤੋਂ ਪ੍ਰਮਾਤਮਾ ਦੀ ਦੂਰੀ ਹੈ, ਵਾਂਡੇ ਹੈ, ਇੱਕ ਪਾਸੇ ਹੈ ਪ੍ਰਮਾਤਮਾ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਵਿਛੋੜਾ ਹੈ, ਪ੍ਰੇਮ ਉਤਪੰਨ ਨਹੀਂ ਹੋਇਆ, ਪ੍ਰਭੂ ਪੈਦਾ ਨਹੀਂ ਹੋਇਆ, ਪ੍ਰਭੂ ਨਾਲ ਸੰਬੰਧ ਨਹੀਂ ਜੁੜਿਆ, ਤੋ ਵੈਸਾਖ ਦਾ ਮਹੀਨਾ ਤੇ ਬੇਸਬਰੀ ਪੈਦਾ ਕਰੇਗਾ। ਜੀਵਨ ਵਿੱਚ ਜਲਦਬਾਜ਼ੀ ਹੋਵੇਗੀ, ਬੇਸਬਰੀ ਹੋਵੇਗੀ, ਤਬੀਅਤ ਵਿੱਚ ਕਾਲਾਪਣ ਹੋਵੇਗਾ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਵੈਸਾਖ ਦੇ ਮਹੀਨੇ ਵਿੱਚ ਇਸਨੇ ਪਰਿਪੂਰਨ ਪ੍ਰਮਾਤਮਾ ਨੂੰ ਵਿਸਾਰ ਕਿਉਂ ਦਿੱਤਾ, ਪ੍ਰੇਮ ਦਾ ਵਿਛੋੜਾ ਕਿਉਂ ਹੈ? ਤੋ ਸਾਹਿਬ ਕਹਿੰਦੇ ਨੇ ਉਹ ਜੋ ਸੱਜਣ ਹੈ, ਉਹ ਜੋ ਪੂਰੇ ਹੋਇਆ ਪਰਿਪੂਰਨ ਪ੍ਰਮਾਤਮਾ ਹੈ, ਉਹਨੂੰ ਇਸ ਵਾਸਤੇ ਵਿਸਾਰਿਆ ਕਿ ਧਾਵਨਾ ਮਾਇਆ ਦੀ ਹੈ। ਮਨੁੱਖ ਦੋਹਾਂ ਵਿੱਚ ਇੱਕ ਦੇ ਪ੍ਰਭਾਵ ਹੇਠ ਜੀਵੇਗਾ, ਜਾਂ ਪ੍ਰਮਾਤਮਾ ਦੇ ਜਾਂ ਮਾਇਆ ਦੇ। ਤਰਜ਼ ਜ਼ਿੰਦਗੀ ਦੱਸ ਦਿੰਦੀ ਹੈ ਕਿ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ, ਔਰ ਜਿਸ ਦੇ ਪ੍ਰਭਾਵ ਹੇਠ ਜੀ ਰਿਹਾ ਉਸ ਵਰਗੇ ਉਸਦੇ ਕਰਮ ਹੋ ਜਾਣਗੇ। ਅਗਰ ਮਨੁੱਖ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਤਾਂ ਉਹਦੇ ਕਰਮ ਪ੍ਰਮਾਤਮਾ ਮਈ, ਉਹਦੀ ਸੋਚਣੀ ਪ੍ਰਮਾਤਮਾ ਮਈ, ਉਹਦੀ ਦ੍ਰਿਸ਼ਟੀ ਵਿੱਚ ਅਮਰਤ ਹੋ ਜਾਏਗਾ, ਉਹਦੀ ਤਕਣੀ ਵੀ ਪ੍ਰਮਾਤਮਾ ਮਈ, ਉਹਦੇ ਬੋਲ ਵੀ ਅੰਮ੍ਰਿਤਮਈ ਹੋਣਗੇ ਕਿਉਂਕਿ ਬੋਲਾਂ ਵਿੱਚ ਵੀ ਪ੍ਰਭੂ ਆਪ ਹੋਵੇਗਾ। ਪਰ ਜੇ ਇਹ ਮਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਤਾਂ ਇਹਦੇ ਬੋਲਾਂ ਵਿੱਚ ਵੀ ਮਾਇਆ, ਇਹਦੀ ਦ੍ਰਿਸ਼ਟੀ ਵਿੱਚ ਵੀ ਮਾਇਆ, ਇਹਦੇ ਹਰ ਕਰਮ ਦਿੱਤੇ ਮਾਇਆ ਦਾ ਪ੍ਰਭਾਵ ਹੋਵੇਗਾ, ਕਿਉਂਕਿ ਮਾਇਆ ਦਾ ਆਪਣਾ ਇੱਕ ਖਾਸ ਪ੍ਰਭਾਵ ਹੈ ਔਰ ਬਹੁਤ ਸਾਰੀ ਦੁਨੀਆ ਇਸੇ ਪ੍ਰਭਾਵ ਹੇਠ ਜੀ ਰਹੀ ਹੈ। ਬਾਰ ਬਾਰ ਅਵਤਾਰੀ ਪੁਰਸ਼ਾਂ ਨੂੰ ਆ ਕੇ
ਮਨੁੱਖ ਨੂੰ ਸਮਝਾਉਣਾ ਪਿਆ ਕਿ ਤੂੰ ਛਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ, ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਕਬੂਲ ਕਰ। ਮਾਇਆ ਤੇ ਉਸ ਦੀ ਛਾਇਆ ਹੈ, ਮਹਾਮਾਈ ਤਾਂ ਕੀ ਹੈ ਛਾਇਆ। ਤੂੰ ਜੋ ਛਾਇਆ ਦੇ ਪ੍ਰਭਾਵ ਹੇਠ ਜੀਵੇ ਤੇ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਨਾ ਕਬੂਲ ਕਰੇ, ਤੂੰ ਇਹ ਕੋਈ ਸਿਆਣਪ ਨਹੀਂ ਹੈ, ਇਹ ਦਾਨ ਸੰਬੰਧੀ ਨਹੀਂ ਹੈ। ਪਰ ਇੱਥੇ ਪ੍ਰਸ਼ਨ ਖੜਾ ਆਉਂਦਾ ਹੈ ਕਿ ਮਾਇਆ, ਇਹ ਸੰਸਾਰ, ਇਹ ਪਦਾਰਥ ਜੇ ਵਾਕਈ ਪ੍ਰਮਾਤਮਾ ਦੀ ਛਾਇਆ ਹੈ ਤੇ ਛਾਇਆ ਦਾ ਇਤਨਾ ਪ੍ਰਭਾਵ ਕਿਉਂ ਹੈ। ਦਰਅਸਲ ਤਪਿਆ ਹੋਇਆ ਭੁੱਖਾ ਤੇ ਪਿਆਸਾ ਮਨੁੱਖ, ਗਰਮੀ ਦਾ ਸਤਾਇਆ ਹੋਇਆ, ਅਗਰ ਦਰਖਤ ਦੀ ਛਾਂ ਥੱਲੇ ਆ ਗਿਆ ਤਾਂ ਕੁਛ ਚੈਨ ਮਿਲਦਾ ਹੈ, ਕੁਛ ਸੁੱਖ ਮਿਲਦਾ ਹੈ। ਭਾਵੇਂ ਭੁੱਖ ਨਹੀਂ ਮਿਟਦੀ, ਭਾਵੇਂ ਪਿਆਸ ਨਹੀਂ ਮਿਟਦੀ, ਪਰ ਤਪਸ ਦਾ ਥੋੜਾ ਜਿਹਾ ਦੁੱਖ ਮਿਟਿਆ। ਤੂੰ ਛਾਇਆ ਦਾ ਬਸ ਇਤਨਾ ਹੀ ਪ੍ਰਭਾਵ ਹੈ, ਮਾਇਆ ਦਾ ਬਸ ਇਤਨਾ ਹੀ ਪ੍ਰਭਾਵ ਹੈ। ਭੁੱਖ ਤੇ ਉਦੋਂ ਮਿਟੇਗੀ ਜਦ ਦਰਖਤ ਦਾ ਫਲ ਨਸੀਬ ਹੋਵੇਗਾ, ਭੁੱਖ ਤੇ ਪਿਆਸ ਉਦੋਂ ਮਿਟੇਗੀ ਜਦ ਇਹ ਫਲ ਝੋਲੀ ਵਿਚ ਪਵੇਗਾ। ਫਲ ਪ੍ਰਮਾਤਮਾ ਦਾ ਨਾਮ ਹੈ, ਈਸ਼ਵਰ ਦਾ ਨਾਮ ਇਹ ਫਲ ਹੈ, ਔਰ ਇਹ ਸਾਰੀਆਂ ਭੁੱਖਾਂ ਨੂੰ ਸ਼ਾਂਤ ਕਰ ਦਿੰਦਾ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਸਾਰੀਆਂ ਹੀ ਭੁੱਖਾਂ ਮਿਟ ਗਈਆਂ, ਸਾਰੇ ਦੁੱਖ ਸੰਤਾਪ ਨਸ ਗਏ, ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ, ਇਹ ਉਸਦੀ ਮਹਾਨਤਾ ਹੈ। ਤਾਂ ਸਾਹਿਬ ਫਰਮਾਨ ਤੇ ਕਰਦੇ ਨੇ ਜਿਹੜੇ ਮਾਇਆ ਦੇ ਪ੍ਰਭਾਵ ਹੇਠ ਜੀ ਰਹੇ ਨੇ ਉਹ ਸੱਜਣ ਨੂੰ ਭੁਲਾ ਦਿੰਦੇ ਨੇ। ਮਾਇਆ ਦਾ ਫਿਰ ਰੂਪ ਕੀ ਹੈ? ਪੁੱਤਰ ਕਲਿੱਤਰ ਨਾ ਸੰਗ ਧਨਾ ਹਰ ਅਵਨਾਸੀ ਉਹ। ਪੁੱਤਰ ਉਦੋਂ ਮਾਇਆ ਬਣ ਜਾਂਦਾ ਹੈ ਜਦ ਪ੍ਰਮਾਤਮਾ ਦੇ ਵਿਚਕਾਰ ਦੀਵਾਰ ਬਣ ਜਾਏ। ਇਸਤਰੀ ਉਦੋਂ ਮਾਇਆ ਬਣ ਜਾਂਦੀ ਹੈ ਜਦ ਮਨੁੱਖ ਦੇ ਵਿਚਕਾਰ ਤੇ ਪ੍ਰਮਾਤਮਾ ਦੇ ਵਿਚਕਾਰ ਦੀਵਾਰ ਦੀ ਤਰ੍ਹਾਂ ਖੜੀ ਹੋ ਜਾਏ। ਧਨ ਵੀ ਉਦੋਂ ਮਾਇਆ ਹੈ ਜਦ ਪ੍ਰਮਾਤਮਾ ਦੀ ਯਾਦ ਵਿਚ ਇਹ ਦੀਵਾਰ ਦੀ ਤਰ੍ਹਾਂ ਖੜਾ ਹੋ ਜਾਏ ਤੇ ਪ੍ਰਮਾਤਮਾ ਨੂੰ ਯਾਦ ਨਾ ਕਰਨ ਦੇਵੇ। ਹਰ ਉਹ ਰੰਗ ਰੂਪ ਮਾਇਆ ਹੈ ਜੋ ਪ੍ਰਮਾਤਮਾ ਤੱਕ ਜਾਣ ਨਾ ਦੇਵੇ, ਉਹਦੀ ਯਾਦ ਵਿਚ ਬਾਧਾ ਖੜੀ ਕਰੇ। ਅਗਰ ਪੁੱਤਰ ਸਹਾਇਕ ਹੈ, ਮਦਦਗਾਰ ਹੈ ਪ੍ਰਮਾਤਮਾ ਦੀ ਯਾਦ ਵਿਚ ਤਾਂ ਪੁੱਤਰ ਮਾਇਆ ਨਹੀਂ ਹੈ। ਅਗਰ ਇਸਤਰੀ ਸਹਾਇਕ ਹੈ, ਮਦਦਗਾਰ ਹੈ, ਅੰਮ੍ਰਿਤ ਵੇਲੇ ਉੱਠਣ ਵਿਚ ਮਦਦ ਕਰ ਰਹੀ ਹੈ, ਬਾਣੀ ਪੜਨ ਵਿਚ ਮਦਦ ਕਰ ਰਹੀ ਹੈ, ਪ੍ਰਭੂ ਦੀ ਯਾਦ ਦੇ ਸਹਾਇਤਾ ਦੇ ਰਹੀ ਹੈ, ਤਾਂ ਇਸਤਰੀ ਮਾਇਆ ਨਹੀਂ ਹੈ ਤੇ ਪ੍ਰਭੂ ਦੀ ਬਖਸ਼ਿਸ਼ ਤੇ ਉਸਦੀ ਰਹਿਮਤ। ਔਰ ਧਨ ਵੀ ਜੈਸੇ ਜੈਸੇ ਘਰ ਵਿਚ ਵਧਦਾ ਜਾ ਰਿਹਾ, ਹਿਰਦੇ ਵਿਚ ਧਰਮ ਵਧਦਾ ਜਾਏ, ਪ੍ਰਮਾਤਮਾ ਦੀ ਯਾਦ ਵਧਦੀ ਜਾਏ, ਔਰ ਧਨ ਕਰਕੇ ਦਾਨ ਦੀਆਂ ਬਿਰਤੀਆਂ ਵੀ ਵਧਦੀਆਂ ਜਾਣ, ਤਾਂ ਇਹ ਧਨ ਮਾਇਆ ਨਹੀਂ ਹੈ, ਇਹ ਤੇ ਸਹਾਇਕ ਹੋ ਗਿਆ, ਇਹ ਤੇ ਮਦਦਗਾਰ ਹੋ ਗਿਆ। ਤਾਂ ਮਾਇਆ ਕਈਆਂ ਦੀ ਦਾਸੀ ਹੈ, ਕਈਆਂ ਦੀ ਮਾਲਕਣ ਹੈ। ਗੁਰਬਾਣੀ ਵਿਚ ਇਸ ਤਰ੍ਹਾਂ ਦੇ ਦੋ ਰੂਪ ਬਿਆਨ ਕੀਤੇ ਗਏ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਭਗਤਾਂ ਦੀ ਦਾਸੀ ਹੈ ਲੇਕਿਨ ਸੰਸਾਰੀਆਂ ਦੀ ਤੇ ਮਾਲਕਣ ਹੈ। ਸੰਸਾਰੀਆਂ ਦੇ ਆਮ ਜੋ ਇਸਦੇ ਪ੍ਰਭਾਵ ਹੇਠ ਜੀਵਦੇ ਨੇ, ਮਾਇਆ ਉਹਨਾਂ ਦੇ ਸਿਰ ਤੇ ਬੈਠਦੀ ਹੈ, ਤੇ ਜੋ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀਵਦੇ ਨੇ, ਮਾਇਆ ਉਹਨਾਂ ਦੇ ਕਦਮਾਂ ਦੇ ਥੱਲੇ ਆਉਂਦੀ ਹੈ। ਜਿਸਦੇ ਕਦਮਾਂ ਦੇ ਥੱਲੇ ਮਾਇਆ ਹੈ, ਗੱਲ ਸਪਸ਼ਟ ਹੋ ਗਈ ਕਿ ਪ੍ਰਮਾਤਮਾ ਦੇ
ਪ੍ਰਭਾਵ ਹੇਠ ਜੀ ਰਿਹਾ ਇਸ ਦੇ ਮਸਤਕ ਤੇ ਪਰਮਾਤਮਾ ਦਾ ਗਿਆਨ ਹੈ, ਉਸ ਦਾ ਹੱਥ ਹੈ। ਔਰ ਜੇ ਸਿਰ ਦੇ ਉੱਤੇ ਮਾਇਆ ਆਣ ਬੈਠੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਇਸ ਦੀ ਜ਼ਿੰਦਗੀ ਵਿੱਚ ਪਰਮਾਤਮਾ ਨਿਰਧਾਰਿਤ ਹੈ। ਪੁੱਤਰ, ਇਸਤਰੀ, ਧਨ ਸੰਪਦਾ ਸਾਰੇ ਦੇ ਸਾਰੇ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਕੇ ਜੋ ਹੈ ਖੜੇ ਹੋ ਗਏ ਨੇ। ਸਾਹਿਬ ਕਹਿੰਦੇ ਸਾਰੇ ਦੇ ਸਾਰੇ ਤੇਰੀ ਅੱਖਾਂ ਦੇ ਸਾਹਮਣੇ ਓਜਣ ਹੋਣ ਵਾਲੇ ਨੇ। ਇਨ੍ਹਾਂ ਦੇ ਚੋਂ ਬਾਰੀ ਬਾਰੀ ਸੰਬੰਧ ਦੇ ਟੁੱਟਦੇ ਹਾਂ, ਦੇਰ ਨਹੀਂ ਲੱਗਦੀ, ਅਵਨਾਸੀ ਤੇ ਕੇਵਲ ਇੱਕ ਪਰਿਪੂਰਨ ਪਰਮਾਤਮਾ ਹੈ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ, ਮਾਇਆ ਦੇ ਧੰਦਿਆਂ ਵਿਚ ਖੱਜਲ ਖੁਆਰ ਹੋ ਕੇ ਆਖਰ ਇੱਕ ਦਿਨ ਰੂਹਾਨੀ ਮੌਤ ਹੋ ਜਾਂਦੀ ਹੈ ਔਰ ਨਾਲੇ ਸਰੀਰਕ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਖੱਜਲ ਖੁਆਰ ਹੋ ਕੇ ਆਪਣਾ ਜੀਵਨ ਵਿਅਰਥ ਗਵਾ ਛੱਡਦਾ ਹੈ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋ। ਪਰਿਪੂਰਨ ਪਰਮਾਤਮਾ ਦਾ ਇੱਕੋ ਹੀ ਨਾਮ ਜੋ ਨਾਲ ਜਾਂਦਾ ਹੈ, ਇਸ ਤੋਂ ਇਲਾਵਾ ਜੋ ਕੁਛ ਵੀ ਕੋਲ ਹੈ ਸਾਰਾ ਖੋ ਲਿਆ ਜਾਂਦਾ ਹੈ। ਨਾ ਜ਼ਮੀਨ ਨਾਲ ਜਾਂਦੀ ਹੈ, ਨਾ ਮਕਾਨ, ਨਾ ਇਸਤਰੀ ਨਾਲ ਜਾਂਦੀ ਹੈ, ਨਾ ਪੁੱਤਰ, ਨਾ ਧਨ ਸੰਪਦਾ ਨਾਲ ਜਾਂਦੀ ਹੈ, ਨਾ ਯਾਰ ਦੋਸਤ। ਇੱਕ ਸਦੀਵੀ ਨਾਲ ਰਹਿਣ ਵਾਲਾ ਹੈ ਪਰਿਪੂਰਨ ਪਰਮਾਤਮਾ ਦਾ ਨਾਮ। ਪਰ ਮਨੁੱਖ ਦੀ ਗਫਲਤ ਜੋ ਸਦਾ ਅੰਗ ਸੰਗ ਹੈ, ਇੱਥੇ ਤੇ ਉੱਥੇ ਹੈ, ਉਸ ਨਾਲ ਕੋਈ ਰਿਸ਼ਤਾ ਨਹੀਂ ਜੋੜਿਆ। ਤੇ ਜਿਨ੍ਹਾਂ ਦਾ ਸੰਗ ਵਕਤੀ ਹੈ, ਜਿਨ੍ਹਾਂ ਦਾ ਆਸਰਾ ਵੀ ਵਕਤੀ ਹੈ, ਜਿਨ੍ਹਾਂ ਦੀ ਨੇੜਤਾ ਵਕਤੀ ਹੈ, ਆਰਜ਼ੀ ਹੈ, ਉਨ੍ਹਾਂ ਦੇ ਆਲੇ ਦੁਆਲੇ ਇਹ ਭਟਕ ਰਿਹਾ ਔਰ ਸਦੀਵੀ ਉਨ੍ਹਾਂ ਨੂੰ ਆਪਣਾ ਸੰਗੀ ਸਮਝ ਬੈਠਾ। ਸਾਹਿਬ ਕਹਿੰਦੇ ਨਹੀਂ, ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ। ਜੈਸੇ ਇਸ ਸੰਸਾਰ ਤੋਂ ਅੱਗੇ ਚੱਲਣਾ ਹੁੰਦਾ ਹੈ, ਸਭ ਕੁਝ ਖੋ ਲਿਆ ਜਾਂਦਾ ਹੈ, ਸਭ ਕੁਝ ਇੱਥੇ ਰਹਿ ਜਾਂਦਾ ਹੈ। ਦੋਏ ਵਿਸਾਰ ਵਿਗੁੱਚਣਾ ਪ੍ਰਭ ਬਿਨ ਅਵਰ ਨਾ ਕੋਏ। ਪਰਮਾਤਮਾ ਨੂੰ ਵਿਸਾਰ ਕੇ ਆਖਰ ਵਿਗੁੱਚਣਾ ਖੁਆਰ ਹੀ ਆਉਣਾ ਹੁੰਦਾ ਹੈ, ਪ੍ਰਭ ਬਿਨ ਅਵਰ ਨਾ ਕੋਏ। ਔਰ ਇਸ ਖੁਆਰੀ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਮਿਟਾ ਸਕਦਾ। ਇਸ ਦੁੱਖ ਨੂੰ, ਇੱਕ ਸੰਤਾਪ ਨੂੰ ਇੱਕ ਪਰਿਪੂਰਨ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਦੂਰ ਕਰ ਸਕਦਾ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹੋਏ ਫਰਮਾਨ ਕਰਦੇ ਨੇ, ਪ੍ਰੀਤਮ ਚਰਣੀ ਜੋ ਲਗੇ ਤਿਨਕੀ ਨਿਰਮਲ ਸੋਏ। ਵੈਸਾਖ ਦੇ ਮਹੀਨੇ ਵਿਚ ਜੋ ਪਰਮਾਤਮਾ ਦੇ ਚਰਨੀ ਲੱਗਦੇ ਨੇ ਉਨ੍ਹਾਂ ਦੀ ਸ਼ੋਭਾ ਅਤੀ ਨਿਰਮਲ ਹੁੰਦੀ ਹੈ, ਉਨ੍ਹਾਂ ਦੀ ਵਡਿਆਈ ਅਤੀ ਨਿਰਮਲ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਵਿਸਾਖ ਦੇ ਮਹੀਨੇ ਵਿਚ ਇੰਜ ਜੋਦੜੀ ਕਰਿਆ ਕਰ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਹੇ ਪਰਿਪੂਰਨ ਪਰਮਾਤਮਾ, ਤੇਰੇ ਚਰਨ ਕਮਲਾਂ ਵਿਚ ਬਿਨੈ ਹੈ, ਪ੍ਰਾਰਥਨਾ ਹੈ, ਤੂੰ ਮਿਲ, ਤੂੰ ਨੇੜੇ ਆ, ਤੇਰਾ ਮਿਲਣਾ ਸੁਖਦਾਈ ਹੈ, ਆਨੰਦਮਈ ਹੈ। ਵੇਸਾਖ ਸੁਹਾਵਾ ਤਾਂ ਲਗੇ ਜਾ ਸੰਤ ਭੇਟੇ ਹਰ ਸੋਏ। ਵੇਸਾਖ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ, ਉਸੇ ਲਈ ਮਹਾਨ ਹੈ ਜਿਹਨੂੰ ਸੰਤ ਦੀ ਸੰਗਤ ਨਸੀਬ ਹੋਵੇ ਤੇ ਹਰੀ ਦੀ ਵਡਿਆਈ ਕਰਨ ਦਾ ਮੌਕਾ ਮਿਲੇ। ਸਮਝ ਲੋ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਗਿਆ, ਫਲੀਭੂਤ ਹੋ ਗਿਆ, ਆਨੰਦਮਈ ਹੋ ਗਿਆ। ਹੁਣ ਇਸੇ ਮਹੀਨੇ ਦੇ ਸੰਬੰਧ ਵਿਚ ਜੋ ਕੁਛ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪ ਸਰਵਨ ਕਰੋ। ਵੇਸਾਖ ਭਲਾ
ਸਖਾ ਵੇਸ ਕਰੇ ਧਨ ਦੇਖੇ ਹਰ ਦੁਆਰ ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤੇ ਤਾਰੇ ਤੁਦ ਬਿਨ ਅੱਡ ਨ ਮੁਲੋ ਕੀਮਤ ਕੌਣ ਕਰੇ ਤੁਦ ਭਾਵਾਂ ਦੇਖ ਦਿਖਾਵੇ ਢੋਲੋ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾਖੀ ਪ੍ਰਭ ਪਾਵੇ ਸੁਰਤ ਸਬਦ ਮਨੂ ਮਾਨਾ। ਪਹਿਲੇ ਪਾਤਸ਼ਾਹ ਪ੍ਰਕਿਰਤੀ ਦੀ ਰੂਪ ਰੇਖਾ ਵੈਸਾਖ ਦੇ ਮਹੀਨੇ ਦੀ ਇੰਜ ਫਰਮਾਨ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਵੈਸਾਖ ਦਾ ਮਹੀਨਾ ਅਤਿਅੰਤ ਭਲਾ ਹੈ। ਦਰਖਤਾਂ ਵਿਚ ਨਵੀਆਂ ਕੌਂਪਲਾਂ ਫੁੱਟਦੀਆਂ ਨੇ। ਪਤਝੜ ਦੀ ਰੁੱਤ ਤੋਂ ਬਾਅਦ ਸ਼ਾਖਾਂ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀਆਂ ਨੇ। ਵੈਸਾਖ ਦਾ ਮਹੀਨਾ ਵਾਕਈ ਉਸ ਮਨੁੱਖ ਲਈ ਮਹਾਨ ਹੈ ਜਿਸ ਦੇ ਅੰਦਰ ਕੋਈ ਨਵੇਂ ਜੀਵਨ ਦੀਆਂ ਕੌਂਪਲਾਂ ਫੁੱਟਣ, ਕੋਈ ਨਵੇਂ ਖਿਆਲ, ਕੋਈ ਨਵੀਂ ਤਰਜ਼ੇ ਜ਼ਿੰਦਗੀ, ਕੋਈ ਨਵਾਂ ਉਮੰਗ, ਕੋਈ ਨਵੀਂ ਤਰੰਗ, ਕੋਈ ਨਵਾਂ ਰਾਗ, ਕੋਈ ਨਵਾਂ ਰੂਪ ਇਸ ਦੇ ਅੰਦਰ ਉਤਪੰਨ ਹੋਵੇ ਜਿਹੜਾ ਇਸ ਨੇ ਅੱਜ ਤੱਕ ਕਦੀ ਵੇਖਿਆ ਨਾ ਹੋਵੇ, ਸੁਣਿਆ ਨਾ ਹੋਵੇ, ਰੰਗ ਮਾਣਿਆ ਨਾ ਹੋਵੇ। ਇਸ ਤਰ੍ਹਾਂ ਕਿਧਰੇ ਦੁਨੀਆਂ ਦੀਆਂ, ਇਸ ਤਰ੍ਹਾਂ ਦੇ ਰਸ ਦੀਆਂ, ਇਸ ਤਰ੍ਹਾਂ ਦੇ ਸੰਸਾਰ ਦੀਆਂ ਜੇ ਕਿਧਰੇ ਇਸ ਦੇ ਅੰਦਰ ਕੌਂਪਲਾਂ ਫੁੱਟਣ ਤਾਂ ਮਹਾਰਾਜ ਕਹਿੰਦੇ ਨੇ ਵੈਸਾਖ ਦਾ ਮਹੀਨਾ ਸੁਹਾਵਣਾ ਹੈ, ਭਲਾ ਹੈ। ਪ੍ਰਕਿਰਤੀ ਤੇ ਆਪਣੇ ਸੁਭਾਅ ਦੇ ਮੁਤਾਬਕ ਵੈਸਾਖ ਦੇ ਮਹੀਨੇ ਚ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀ ਹੈ। ਚਾਰੋਂ ਪਾਸੇ ਪੱਤੇ ਨਵੇਂ ਆਉਂਦੇ ਨੇ, ਸ਼ਾਖਾਂ ਆਪਣੇ ਢੰਗ ਦਾ ਇੱਕ ਵੇਸ ਧਾਰਨ ਕਰਦੀਆਂ ਨੇ। ਸਾਹਿਬ ਉਸੇ ਦਾ ਜ਼ਿਕਰ ਪਏ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਸ਼ਾਖਾਂ ਸ਼ਿੰਗਾਰੀਆਂ ਜਾਂਦੀਆਂ ਨੇ, ਸ਼ਾਖਾਂ ਤੇ ਪੱਤਿਆਂ ਦਾ ਸ਼ਿੰਗਾਰ ਆ ਜਾਂਦਾ ਹੈ। ਜਦ ਵੈਸਾਖ ਦਾ ਮਹੀਨਾ ਬਨਸਪਤੀ ਨੂੰ ਸ਼ਿੰਗਾਰ ਦੇਵੇ ਤੇ ਇਹ ਬੰਦੇ ਤੂੰ ਬਿਨਾਂ ਸ਼ਿੰਗਾਰਿਆ ਰਹਿ ਜਾਵੇਂ, ਤੂੰ ਹਾਰ ਸ਼ਿੰਗਾਰ ਤੋਂ ਬਿਨਾਂ ਰਹਿ ਜਾਵੇਂ। ਦੇਖ ਤੇ ਸਹੀ, ਪ੍ਰਕਿਰਤੀ ਬਨਸਪਤੀ ਨੂੰ ਸ਼ਿੰਗਾਰ ਦੇ ਰਹੀ ਹੈ, ਤੂੰ ਵਾਂਝਾ ਕਿਉਂ ਰਹਿ ਗਿਆ? ਇਹ ਨਵੀਆਂ ਕੌਂਪਲਾਂ ਤੇਰੇ ਅੰਦਰ ਕਿਉਂ ਨਹੀਂ ਫੁੱਟੀਆਂ? ਇਹ ਨਵੇਂ ਉਮੰਗ, ਇਹ ਨਵੇਂ ਤਰੰਗ, ਇਹ ਨਵਾਂ ਵੇਸ, ਇਹ ਨਵਾਂ ਸ਼ਿੰਗਾਰ, ਇਹ ਨਵੀਂ ਦੁਨੀਆਂ ਦੀ ਝਲਕ ਤੇਰੇ ਅੰਦਰੋਂ ਕਿਉਂ ਨਹੀਂ ਪੈਦਾ ਹੋਈ? ਦਰਅਸਲ ਪ੍ਰਮਾਤਮਾ ਸਦੀਵੀ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਆਧਾਰ। ਜਦ ਕੋਈ ਉਸਦਾ ਚਿੰਤਨ ਕਰਦਾ ਹੈ ਤਾਂ ਨਿਤ ਨਵੀਆਂ ਉਮੰਗਾਂ, ਨਿਤ ਨਵੇਂ ਅਨੁਭਵ, ਨਿਤ ਨਵੇਂ ਗੀਤ, ਨਿਤ ਨਵੇਂ ਸੰਗੀਤ ਦੀਆਂ ਧੁਨਾਂ ਉਸਦੇ ਅੰਦਰੋਂ ਜਨਮ ਲੈਂਦੀਆਂ ਨੇ ਔਰ ਇਤਨੀ ਨਵੀਨਤਾ ਦੀ ਵਰਖਾ ਹੁੰਦੀ ਹੈ, ਉਹ ਬਿਸਮਾਦ ਹੋ ਜਾਂਦਾ ਹੈ, ਅਸ਼ਚਰਚਤਾ ਦੀ ਦੁਨੀਆ ਵਿੱਚ ਖੋ ਜਾਂਦਾ ਹੈ। ਉਸੇ ਹਾਲਤ ਵਿੱਚ ਇਹ ਬੋਲ ਨਿਕਲ ਪੈਂਦੇ ਨੇ, ਬਿਸਮ ਬਿਸਮ ਬਿਸਮੇਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰੇ। ਤੇ ਸਾਹਿਬ ਫਰਮਾਨ ਪਏ ਕਰਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਿਲ ਦਿਮਾਗ ਇੱਕ ਕਵੀ ਦਾ ਹਿਰਦਾ ਹੈ, ਇੱਕ ਕਵੀ ਦਾ
ਦਿਮਾਗ ਹੈ। ਅਕਾਲ ਪੁਰਖ ਨੇ ਜਿੱਥੇ ਆਪ ਨੂੰ ਸੰਦੇਸ਼ ਦੇਣ ਲਈ ਚੁਣਿਆ ਹੈ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਸੰਦੇਸ਼ ਗੀਤਾਂ ਦੇ ਰਾਹੀਂ ਸੰਗੀਤ ਦੇ ਰਾਹੀਂ ਜਗਤ ਦੀ ਝੋਲੀ ਵਿਚ ਪਾ ਰਹੇ ਨੇ। ਧਨ ਸੋ ਰਾਗ ਸੁਰੰਗੜੇ ਅਲਾਪਤ ਸਭ ਦਿਖ ਜਾਏ। ਪਾਤਸ਼ਾਹ ਤੇ ਇੱਥੇ ਤੱਕ ਕਹਿੰਦੇ ਨੇ ਧਨ ਨੇ ਉਹ ਰਾਗ ਬੜੇ ਸੁੰਦਰ ਨੇ ਜਿਨ੍ਹਾਂ ਦੇ ਅਲਾਪ ਕਰਦਿਆਂ ਹੀ ਸਾਰੀ ਤਿੱਖਾ ਮਿਟ ਜਾਂਦੀ ਹੈ, ਚੈਨ ਮਿਲਦਾ ਹੈ, ਸਕੂਨ ਮਿਲਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪਰਮਾਤਮਾ ਸੰਗੀਤ ਬਣ ਕੇ ਪ੍ਰਗਟ ਹੋਇਆ ਹੈ, ਪਰਮਾਤਮਾ ਗੀਤ ਬਣ ਕੇ ਪ੍ਰਗਟ ਹੋਇਆ ਹੈ, ਪਰਮਾਤਮਾ ਖੇੜਾ ਬਣ ਕੇ ਪ੍ਰਗਟ ਹੋਇਆ ਹੈ, ਪਰਮਾਤਮਾ ਗਿਆਨ ਬਣ ਕੇ ਪ੍ਰਗਟ ਹੋਇਆ ਹੈ। ਤੇ ਜਦ ਇਤਨਾ ਪ੍ਰਗਟ ਹੋਇਆ ਹੈ ਤਾਂ ਹੁਣ ਕੁਦਰਤੀ ਗੱਲ ਹੈ ਵੰਡਣਾ ਹੋਵੇਗਾ। ਇਹ ਵੰਡਣਾ ਇਸ ਤਰ੍ਹਾਂ ਹੁੰਦਾ ਹੈ, ਜਦ ਕੋਈ ਫੁੱਲ ਆਪਣੀ ਪੂਰੀ ਸ਼ਕਤੀ ਨਾਲ ਭਰ ਜਾਂਦਾ ਹੈ ਤਾਂ ਉਸਦੇ ਚੋਂ ਮਹਿਕ ਡੁੱਲ ਡੁੱਲ ਕੇ ਪੈਂਦੀ ਹੈ। ਹੁਣ ਚਾਹੇ ਕੋਈ ਲੈਣ ਵਾਲਾ ਹੋਵੇ ਚਾਹੇ ਨਾ ਲੈਣ ਵਾਲਾ ਹੋਵੇ, ਪਰ ਫੁੱਲ ਵੰਡੀ ਜਾ ਰਿਹਾ ਹੈ, ਮਹਿਕ ਵੰਡੀ ਜਾ ਰਿਹਾ ਹੈ। ਇਸੇ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਆਪ ਰਸ ਦੇ ਨਾਲ, ਗੀਤ ਦੇ ਨਾਲ, ਸੰਗੀਤ ਦੇ ਨਾਲ, ਪ੍ਰਭੂ ਦੀ ਦਇਆ ਨਾਲ ਤੇ ਦੈਵੀ ਗੁਣਾਂ ਨਾਲ ਇਤਨੇ ਭਰ ਗਏ ਨੇ, ਨੌ ਖੰਡ ਪ੍ਰਿਥਵੀ ਦੇ ਚ ਵੰਡਦੇ ਰਹੇ। ਦੇਖਣ ਦੇ ਚ ਆਇਆ ਕੋਈ ਮਨੁੱਖ ਵੰਡੇਗਾ, ਚਲੋ ਆਪਣੇ ਘਰ ਦੇ ਚ ਵੰਡ ਲਏਗਾ, ਕੁਛ ਸਾਜ਼ੋ ਸਮਾਨ, ਕੁਝ ਵਸਤੂਆਂ, ਕੁਝ ਪੁੱਤਰਾਂ ਦੇ ਚ ਵੰਡੇਗਾ, ਮਿੱਤਰਾਂ ਦੇ ਚ ਵੰਡ ਦੇਵੇਗਾ। ਤੇ ਕਿਸੇ ਦਾ ਦਾਇਰਾ ਜ਼ਰਾ ਵਸੀ ਹੋਇਆ ਤਾਂ ਚਲੋ ਆਪਣੇ ਮਹੱਲੇ ਦੇ ਚ ਵੰਡ ਲਏਗਾ, ਆਪਣੀ ਬਰਾਦਰੀ ਦੇ ਚ ਵੰਡ ਦੇਗਾ। ਤੇ ਹੋਰ ਵੀ ਸਰਾ ਕਿਧਰੇ ਵਸੀ ਹੋਇਆ ਤਾਂ ਵੱਧ ਤੋਂ ਵੱਧ ਆਪਣੇ ਸ਼ਹਿਰ ਦੇ ਚ ਵੰਡੇਗਾ ਜਾਂ ਆਪਣੇ ਪ੍ਰਾਂਤ ਦੇ ਚ ਵੰਡੇਗਾ। ਇਸ ਤਰ੍ਹਾਂ ਦਾ ਅੱਜ ਤੱਕ ਕੋਈ ਹੋਇਆ ਤੇ ਨਹੀਂ। ਤੇ ਚਲੋ ਮੰਨ ਲੈਂਦੇ ਹਾਂ ਕਿ ਕੋਈ ਚਲੋ ਆਪਣੇ ਮੁਲਕ ਦੇ ਚ ਵੰਡੇਗਾ, ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੀਤ ਸੰਗੀਤ ਗਿਆਨ ਵਿਗਿਆਨ ਆਨੰਦ ਤੇ ਪਰਮ ਖੁਸ਼ੀ ਦੀ ਦੌਲਤ ਨੌ ਖੰਡ ਪ੍ਰਿਥਵੀ ਦੇ ਚ ਵੰਡੀ। ਪਰਮਾਤਮਾ ਹੀ ਅਨੰਤ ਰੂਪਾਂ ਦੇ ਚ ਗੁਰੂ ਨਾਨਕ ਦੇ ਅੰਦਰੋਂ ਪ੍ਰਗਟ ਹੋਇਆ ਹੈ ਔਰ ਆਪ ਵੰਡਣ ਨੂੰ ਚੱਲ ਪਏ ਨੇ। ਇਹ ਦਾਤਾ ਤਰ੍ਹਾਂ ਤਰ੍ਹਾਂ ਦੀਆਂ ਰੱਬੀ ਦਾਤਾਂ ਵੰਡਣ ਨੂੰ ਚੱਲ ਪਿਆ ਹੈ, ਚਾਹੇ ਸੁਮੇਰ ਤੇ ਬੈਠੇ ਨੇ ਜੋਗੀ ਉਨ੍ਹਾਂ ਦੀ ਝੋਲੀ ਵਿਚ ਵੀ ਪਾਣ ਨੂੰ ਚਲਾ ਗਿਆ, ਚਾਹੇ ਤਪਦੇ ਹੋਏ ਮੈਦਾਨਾਂ ਵਿਚ ਬੈਠੇ ਨੇ ਅਰਬ ਦੇ ਲੋਕ ਉਨ੍ਹਾਂ ਦੀ ਝੋਲੀ ਵਿਚ ਵੀ ਸ਼ਾਂਤੀ ਦੇਣ ਨੂੰ ਚਲਾ ਗਿਆ, ਚਾਹੇ ਜੰਗਲ ਉਜਾੜ ਬਿਆਬਾਨ ਵਿਚ ਬੈਠੇ ਨੇ ਲੋਕ ਉਨ੍ਹਾਂ ਦੀ ਝੋਲੀ ਵਿਚ ਵੀ ਬਰਕਤਾਂ ਖੇੜੇ ਤੇ ਖੁਸ਼ੀਆਂ ਪਾਣ ਜੋ ਹੈ ਚਲਾ ਗਿਆ, ਤੇ ਚਾਹੇ ਕੋਈ ਘਰ ਵਿਚ ਬੈਠੇ ਨੇ ਖਾਲੀ ਉਨ੍ਹਾਂ ਦੀ ਝੋਲੀ ਵੀ ਭਰਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ। ਆਪ ਵਿਸਾਖ ਦੇ ਮਹੀਨੇ ਦਾ ਜੋ ਪ੍ਰਾਕਿਰਤਿਕ ਰੂਪ ਹੈ ਇੰਜ ਬਿਆਨ ਕਰਦੇ ਨੇ, ਵਿਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਵਿਸਾਖ ਦੇ ਮਹੀਨੇ ਵਿਚ ਜਿਵੇਂ ਦਰਖਤਾਂ ਨੇ ਨਵੀਆਂ ਕੌਂਪਲਾਂ ਦੇਖ ਲਈਆਂ, ਨਵੇਂ ਪੱਤੇ ਦੇਖ ਲਏ, ਨਵੀਂ ਹਰਿਆਵਲੀ ਦੇਖ ਲਈ, ਜੇ ਕਿਧਰੇ ਜੀਵ ਰੂਪੀ ਇਸਤਰੀ ਵੀ ਹਰੀ ਦਾ ਦੁਆਰ ਦੇਖ ਲਵੇ ਤੇ ਉਸਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਹੈ, ਹੇ ਪ੍ਰਭੂ ਆ ਤੂੰ ਮੇਰੇ ਹਿਰਦੇ ਚ, ਆ ਤੂੰ ਮੇਰੇ ਘਰ ਦੇ ਚ, ਤੇਰੀ ਝਲਕ ਜੇ ਇਤਨੀ ਸੁਹਾਵਣੀ ਹੈ ਤਾਂ ਤੇਰਾ ਮਿਲਣਾ ਕਿਤਨਾ ਆਨੰਦਮਈ ਹੋਵੇਗਾ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਉਹ ਫਿਰ
ਬਿਰਹੇ ਦੀ ਮਾਰੀ ਹੋਈ ਇਸ ਤਰ੍ਹਾਂ ਜੋਦਰੀ ਕਰਦੀ ਏ, ਹੇ ਪਰਿਪੂਰਨ ਪ੍ਰਮਾਤਮਾ ਤੂੰ ਘਰ ਵਿਚ ਆ, ਤੇਰੇ ਤੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ, ਅੱਡ ਨਾ ਮੁੱਲੋ, ਤੂੰ ਹੋਵੇਂ ਤੇ ਮੈਂ ਲੱਖਾਂ ਦੀ, ਤੂੰ ਨਹੀਂ ਤੇ ਮੈਂ ਕੱਖ ਦੀ। ਇਹ ਪਰਿਪੂਰਨ ਪ੍ਰਮਾਤਮਾ ਤੇਰੇ ਨਾਲ ਹੀ ਮੇਰੀ ਮਹਾਨਤਾ ਹੈ। ਬਿਰਹੇ ਕੁੱਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਿਤ ਹੋ ਕੇ ਉਚਾਰਨ ਕਰਦੀ ਏ, ਘਰ ਆਓ ਪਿਆਰੇ ਦੁੱਤਰ ਤਾਰੇ, ਐ ਪਿਆਰੇ ਘਰ ਵਿਚ ਆਓ ਤਾਂ ਕਿ ਮੈਨੂੰ ਇਸ ਨਤਰੇ ਜਾਣ ਵਾਲੇ ਸੰਸਾਰ ਤੋਂ ਤਾਰਨ ਵਿਚ ਮਦਦਗਾਰ ਸਾਬਤ ਹੋ ਸਕੋ, ਮੈਨੂੰ ਪਾਰ ਕਰੋ। ਇੱਥੇ ਅਥਾਹ ਸਾਗਰ ਹੈ, ਅਥਾਹ ਲਹਿਰਾਂ ਨੇ, ਫਿਰ ਤੂਫਾਨ ਹੈ। ਇਹ ਪ੍ਰਭੂ ਹੇ ਪਿਆਰੇ ਘਰ ਵਿਚ ਆਓ, ਮੈਨੂੰ ਤਾਰੋ, ਕਿਉਂਕਿ ਮੈਂ ਐਸਾ ਸਮਝ ਲਿਆ ਤੁਧ ਬਿਨ ਅੱਡ ਨਾ ਮੋਲੋ, ਤੈਥੋ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ। ਬੇੜੀ ਦੀ ਮਹਾਨਤਾ ਮਲਾਹ ਕਰਕੇ ਹੈ। ਜੜੀ ਬੂਟੀਆਂ ਦੇ ਰਾਜ਼ ਵੈਦ ਲੋਕ ਪ੍ਰਗਟ ਕਰਦੇ ਨੇ, ਕਿਸੇ ਸਾਜ਼ ਦੀ ਮਹਾਨਤਾ ਸਾਜ਼ਿੰਦੇ ਕਰਕੇ ਹੈ। ਕਿਸੇ ਬੀਜ ਦਾ ਫਲੀਭੂਤ ਹੋਣਾ ਤੇ ਗੁਣਸ਼ਾਲੀ ਹੋਣਾ ਧਰਤੀ ਕਰਕੇ ਹੈ। ਇਸ ਤਰ੍ਹਾਂ ਮਨੁੱਖ ਦੀ ਸਾਰੀ ਮਹਾਨਤਾ ਪ੍ਰਮਾਤਮਾ ਕਰਕੇ ਹੈ। ਇੱਕ ਪ੍ਰਮਾਤਮਾ ਨੂੰ ਆਪਣੇ ਜੀਵਨ ਤੋਂ ਇੱਕ ਪਾਸੇ ਕਰ ਦਈਏ ਤਾਂ ਇੰਜ ਸਮਝ ਲਓ ਜੈਸੇ ਮਲਾਹ ਬੇੜੀ ਤੋਂ ਅਲੱਗ ਹੋ ਗਿਆ, ਜੈਸੇ ਬੀਜ ਤੋਂ ਜ਼ਮੀਨ ਅਡਰੀ ਹੋ ਗਈ, ਜੈਸੇ ਸਾਜ਼ ਤੋਂ ਸਾਜ਼ਿੰਦਾ ਅਲੱਗ ਹੋ ਗਿਆ। ਤੇ ਸਾਜ਼ਿੰਦੇ ਤੋਂ ਬਿਨਾਂ ਇਹ ਸਾਜ਼ ਕੀ ਮਾਇਨੇ ਰੱਖਦਾ? ਇਹਦੇ ਚੋਂ ਸੰਗੀਤ ਨਹੀਂ ਨਿਕਲ ਸਕੇਗਾ, ਇਹਦੇ ਚੋਂ ਧੁਨ ਨਹੀਂ ਨਿਕਲ ਸਕੇਗੀ। ਇਹਦੇ ਜੋ ਰਾਗ ਸੰਗੀਤ ਧੁਨਾ ਸਨ ਇਹ ਤੇ ਸਾਜ਼ਿੰਦੇ ਕਰਕੇ ਸਨ। ਜੀਵਨ ਦੇ ਜੋ ਗੀਤ ਸੰਗੀਤ ਖੇੜਾ ਉਹ ਤੇ ਪ੍ਰਮਾਤਮਾ ਕਰਕੇ ਹੈ। ਇਸ ਵਾਸਤੇ ਆਖਿਆ ਗਿਆ ਤੂੰ ਤੇ ਪ੍ਰਮਾਤਮਾ ਦੀ ਬੰਸਰੀ ਬਣ ਜਾ, ਪਰਮਾਤਮਾ ਦਾ ਸਾਜ਼ ਬਣ ਜਾ, ਉਹਦੇ ਹੋਂਟਾਂ ਨਾਲ ਲੱਗ ਜਾ ਤਾਂ ਕਿ ਉਸਦੀ ਹਵਾ ਉਸਦੀ ਪ੍ਰੇਰਣਾ ਤੈਨੂੰ ਐਸੇ ਛੂਹੇ ਕਿ ਤੇਰਾ ਜੀਵਨ ਸੰਗੀਤਮਈ ਹੋ ਜਾਏ। ਸਾਜ਼ ਉਦੋਂ ਸੰਗੀਤਮਈ ਹੋ ਜਾਂਦਾ ਹੈ ਜਦ ਸਾਜ਼ਿੰਦੇ ਦੇ ਹੱਥ ਛੂੰਹਦੇ ਨੇ, ਸਾਜ਼ਿੰਦੇ ਦੇ ਹੋਂਟ ਛੂੰਹਦੇ ਨੇ। ਤੋ ਸਾਜ਼ ਇੱਕ ਮਹਾਨ ਆਵਾਜ਼ ਨੂੰ ਜਨਮ ਦਿੰਦਾ ਹੈ। ਯਕੀਨ ਜਾਣੋ ਜਦ ਹਿਰਦੇ ਨੂੰ ਪ੍ਰਮਾਤਮਾ ਛੂੰਹਦਾ ਹੈ ਔਰ ਜਦ ਕੋਈ ਸਾਜ਼ ਦੀ ਤਰ੍ਹਾਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਇੰਜ ਹਵਾਲੇ ਕਰ ਦਿੰਦਾ ਹੈ ਜਿਵੇਂ ਕਿ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ, ਤੋ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ। ਇਹ ਤੇ ਇੱਕ ਪ੍ਰਤੀਕ ਨੇ ਕਿ ਬਾਂਸ ਦੀ ਪੌਂਗਰੀ ਬਾਂਸਰੀ ਬਣ ਗਈ, ਕ੍ਰਿਸ਼ਨ ਦੇ ਹੋਂਠਾਂ ਨੇ ਛੋਹੀ, ਉਹ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੂੰ ਜਨਮ ਦੇਣ ਲੱਗ ਪਈ। ਯਕੀਨ ਜਾਣੋ ਜਦ ਵੀ ਕੋਈ ਸਾਜ਼ ਦੀ ਤਰ੍ਹਾਂ ਬਣ ਜਾਏ ਤੇ ਪ੍ਰਮਾਤਮਾ ਦੇ ਹੋਂਠਾਂ ਨਾਲ ਲੱਗ ਜਾਏ, ਪ੍ਰਮਾਤਮਾ ਦੇ ਅੰਗ ਨਾਲ ਛੋਹ ਜਾਏ, ਤਾਂ ਉਸਦੇ ਬਰਕਤ ਭਰੇ ਹੱਥ ਉਸਦੇ ਅੰਮ੍ਰਿਤਮਈ ਚਿਹਰੇ ਦੇ ਨਾਲ ਉਸ ਸਾਜ਼ ਦੇ ਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਏ ਉਸੇ ਨੂੰ ਵੇਦ ਕਹਿੰਦੇ ਨੇ, ਉਸੇ ਨੂੰ ਪੁਰਾਣ ਕਹਿੰਦੇ ਨੇ, ਉਸੇ ਨੂੰ ਅੰਜੀਲ ਕਹਿੰਦੇ ਨੇ, ਉਸੇ ਨੂੰ ਕੁਰਾਨ ਕਹਿੰਦੇ ਨੇ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਬਾਣੀ, ਇਹ ਸਾਰੇ ਦੇ ਸਾਰੇ ਖਸਮ ਦੇ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪ ਕਹਿੰਦੇ ਨੇ, ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸਲੇ ਕਰੀ ਗਿਆਨ ਵੇ ਲਾ ਲੋ। ਇਹ ਪ੍ਰਮਾਤਮਾ ਆਪ ਬੋਲਿਆ,
ਇਥੇ ਉਸ ਦੀ ਮਿਹਰ ਉਸ ਦੀ ਬਖਸ਼ਿਸ਼ ਮੈਨੂੰ ਇੱਕ ਸਾਜ਼ ਸੀ ਉਸ ਨੇ ਵਜਾਇਆ ਹੈ ਇਹ ਗੀਤ ਨਿਕਲਿਆ ਹੈ ਇਹ ਸੰਗੀਤ ਨਿਕਲਿਆ ਹੈ ਤੇ ਜਦ ਵੀ ਕੋਈ ਪਰਿਪੂਰਨ ਪਰਮਾਤਮਾ ਨੂੰ ਇੰਜ ਅਰਪਣ ਕਰਦਾ ਹੈ ਜੈਸੇ ਕੋਈ ਕੋਈ ਸਾਜ਼ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ ਗੀਤਮਈ ਹੋ ਜਾਂਦੀ ਹੈ ਆਨੰਦਮਈ ਹੋ ਜਾਂਦੀ ਹੈ ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ ਹੇ ਪਰਿਪੂਰਨ ਪਰਮਾਤਮਾ ਤੈਥੋਂ ਬਿਨਾਂ ਮੇਰਾ ਕੌਡੀ ਵੀ ਮੁੱਲ ਨਹੀਂ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ ਹੇ ਪਰਿਪੂਰਨ ਪਰਮਾਤਮਾ ਜੇ ਕੋਈ ਤੇਰਾ ਦੀਦਾਰ ਕਰਾਵੇ ਦਿਖਾਵੇ ਉਸ ਢੋਲ ਦੇ ਦਰਸ਼ਨ ਕਰਾਵੇ ਤੂੰ ਕੌਣ ਕੀਮਤ ਪਾ ਸਕਦਾ ਹੈ ਕੌਣ ਮੁੱਲ ਦੇ ਸਕਦਾ ਹੈ ਤੂੰ ਤੇ ਅਮੁੱਲ ਹੈ ਤੇ ਜਿਹੜਾ ਦਿਖਾਵੇ ਜਿਹੜਾ ਉਸ ਪਾਸੇ ਦੀ ਪ੍ਰੇਰਣਾ ਦੇਵੇ ਉਹ ਵੀ ਇਤਨਾ ਮਹਾਨ ਹੈ ਕਿ ਉਸਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਦੇ ਇੱਕ ਸ਼ਬਦ ਵਿੱਚ ਫਰਮਾਨ ਕਰਦੇ ਨੇ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੇਜੇ ਜਿਸ ਪਿਆਰੇ ਦੀ ਮੈਨੂੰ ਕੋਈ ਗੱਲ ਸੁਣਾਵੇ ਉਸਦੇ ਗੀਤ ਸੁਣਾਵੇ ਉਸਦੀ ਗਲੀ ਦਾ ਪਤਾ ਦੱਸੇ ਉਸਦੇ ਘਰ ਦਾ ਟਿਕਾਣਾ ਦੱਸੇ ਤੋ ਫਿਰ ਉਸਨੂੰ ਨਜ਼ਰਾਨਾ ਕੀ ਦੇਈਏ ਉਸਨੂੰ ਭੇਟਾ ਕੀ ਦੇਈਏ ਇਹ ਗੁਰੂ ਨਾਨਕ ਨੇ ਇੱਕ ਸਵਾਲ ਖੜਾ ਕੀਤਾ ਹੈ ਔਰ ਇਸ ਸਵਾਲ ਦਾ ਆਪ ਹੀ ਜਵਾਬ ਦਿੰਦੇ ਨੇ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ ਸੀਸ ਵਡੇ ਕਰ ਬੈਸਣ ਦੀਜੇ ਵਿਣ ਸਿਰ ਸੇਵ ਕਰੀਜੇ ਸਿਰ ਨੂੰ ਕੱਟ ਕੇ ਉਹਨੂੰ ਬੈਠਣ ਲਈ ਥਾਂ ਦੇਈਏ ਉਹ ਕਿਸੇ ਇੱਟ ਤੇ ਨਾ ਬੈਠੇ ਪਲੰਗ ਤੇ ਨਾ ਬੈਠੇ ਸਿਰ ਤੇ ਬੈਠੇ ਔਰ ਸਿਰ ਤੋਂ ਬਿਨਾਂ ਜਿਹੜਾ ਧੜ ਹੈ ਇਹ ਉਸਦੀ ਸੇਵਾ ਚ ਜੁੜ ਜਾਏ ਹੱਥ ਪੈਰ ਉਸਦੀ ਸੇਵਾ ਚ ਜੁੜ ਜਾਣ ਤੇ ਸਿਰ ਉਸਦੇ ਬੈਠਣ ਲਈ ਸਿੰਘਾਸਣ ਬਣੇ ਕਿਸ ਦੇ ਜੋ ਪ੍ਰਮਾਤਮਾ ਦੀ ਗੱਲ ਕੇਵਲ ਸੁਣਾਵੇ ਉਸਦੀ ਗਲੀ ਦਾ ਪਤਾ ਦੱਸਦੇ ਉਸਦੇ ਘਰ ਦੇ ਚਕਰ ਚੈਨ ਦੱਸੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਿਰਹੀ ਹਿਰਦਾ ਇਤਨਾ ਸਦਕੇ ਜਾਂਦਾ ਹੈ ਉਸ ਤੋਂ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ ਸੀਸ ਵਡੇ ਕਰ ਬੈਸਣ ਦੀਜੇ ਵਿਣ ਸਿਰ ਸੇ ਕਰੀਜੇ ਤੋ ਸਾਹਿਬ ਕਹਿੰਦੇ ਨੇ ਉਸ ਢੋਲ ਦੇ ਕੋਈ ਦਰਸ਼ਨ ਕਰਾਵੇ ਦਿਖਾਵੇ ਐਸਾ ਪਰਿਪੂਰਨ ਪ੍ਰਮਾਤਮਾ ਜੋ ਅਮੁੱਲ ਹੈ ਕਿ ਜੋ ਬਖਸ਼ਿਸ਼ ਕਰਕੇ ਉਸਦੀ ਗਲੀ ਦਾ ਸੰਦੇਸ਼ਾ ਦੇਵੇ ਦਿਖਾਵੇ ਉਹ ਵੀ ਮਹਾਨ ਹੈ ਉਹ ਵੀ ਪੂਜਣ ਯੋਗ ਹੈ ਉਸਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ ਹੁਣ ਹੇ ਪਰਿਪੂਰਨ ਪ੍ਰਮਾਤਮਾ ਮੈਂ ਤੈਨੂੰ ਦੂਰ ਨਹੀਂ ਜਾਣਦਾ ਤੂੰ ਤਾਂ ਬਹੁਤ ਨੇੜੇ ਹੈ ਬਹੁਤ ਨੇੜੇ ਹੈ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਮੇਰਾ ਹੱਥ ਵੀ ਜਿਤਨਾ ਮੇਰੇ ਤਨ ਤੋਂ ਦੂਰ ਜਾ ਸਕਦਾ ਹੈ ਹੇ ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ ਕਹਿ ਰਵਿਦਾਸ ਹੱਥ ਤੇ ਨੇਰੇ ਸਹਿਜੇ ਹੋਏ ਸੋਈ ਤੂੰ ਤੇ ਇਤਨਾ ਨਿਕਟ ਹੈ ਇਤਨਾ ਜੋ ਹੈ ਨੇੜੇ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਦੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ
ਦੂਰੀ ਰੇ। ਤੂੰ ਤੇ ਸਦਾ ਵੇਖਦਾ ਪਿਆ, ਸਦਾ ਸੁਣਦਾ ਪਿਆ, ਸਦਾ ਛੂੰਦਾ ਪਿਆ, ਸਦਾ ਅੰਗ ਸੰਗ ਹੈ, ਪਰ ਪਤਾ ਨਹੀਂ ਮੈਂ ਕਿਉਂ ਤੈਨੂੰ ਦੂਰ ਸਮਝ ਲਿਆ। ਤੂੰ ਤੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਤੂੰ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਦੂਰ ਨਹੀਂ ਜਾਣਦਾ, ਹੁਣ ਮੈਂ ਤੈਨੂੰ ਆਪਣੇ ਅੰਤਰ ਆਤਮੇ ਵਿਚ ਮੰਨਦਾ, ਔਰ ਮੈਂ ਵੇਖ ਲਿਆ ਹਰ ਕਾ ਮਹਿਲ ਪਛਾਣਾ, ਮੈਂ ਉਸ ਮਹਿਲ ਦੀ ਪਛਾਣ ਕਰ ਲਈ ਹੈ, ਮੈਂ ਉਸ ਟਿਕਾਣੇ ਨੂੰ ਜੋ ਹੈ ਵੇਖ ਲਿਆ। ਨਾਨਕ ਵੈਸਾ ਕੀ ਪ੍ਰਭ ਭਾਵੇ ਸੁਰਤ ਸਬਦ ਮਨ ਮਾਨਾ। ਅਗਰ ਵੈਸਾਖ ਦੇ ਮਹੀਨੇ ਵਿਚ ਕੋਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਮਨ ਨੂੰ ਮਨਾ ਲਵੇ, ਤੇ ਵੈਸਾਖ ਦਾ ਮਹੀਨਾ ਵੀ ਉਸ ਵਾਸਤੇ ਇੰਜ ਹੋਵੇਗਾ, ਨਵਾਂ ਖੇੜਾ, ਨਵੀਆਂ ਕੌਂਪਲਾਂ ਫੁੱਟਣਗੀਆਂ, ਸ਼ਾਖਾਂ ਵੇਸ਼ ਕਰਨਗੀਆਂ, ਵਾਕਈ ਉਸਦੀ ਜ਼ਿੰਦਗੀ ਸ਼ਿੰਗਾਰੀ ਜਾਵੇਗੀ, ਜਿਵੇਂ ਦਰਖਤ ਨਵੇਂ ਪੱਤਿਆਂ ਨਾਲ ਸ਼ਿੰਗਾਰਿਆ ਜਾਂਦਾ, ਜਿਵੇਂ ਦਰਖਤ ਫੁੱਲਾਂ ਨਾਲ ਸ਼ਿੰਗਾਰਿਆ ਜਾਂਦਾ, ਜਿਵੇਂ ਨਵੀਆਂ ਕੌਂਪਲਾਂ ਫੁੱਟਣ ਕਰਕੇ ਦਰਖਤ ਦਾ ਰੰਗ ਰੂਪ ਅਤਿਅੰਤ ਸੁੰਦਰ ਬਣ ਜਾਂਦਾ, ਇਸ ਤਰੀਕੇ ਨਾਲ ਵਿਸਾਖ ਦੇ ਮਹੀਨੇ ਚ ਇਹ ਪਰਿਪੂਰਨ ਪਰਮਾਤਮਾ ਜੇ ਤੂੰ ਕਿਧਰੇ ਹਿਰਦੇ ਚ ਪ੍ਰਗਟ ਹੋ ਜਾਏ ਤੇ ਅਭਿਆਸੀ ਤੇਰਾ ਚਿੰਤਨ ਕਰੇ, ਤਾਂ ਉਸਦੀ ਜ਼ਿੰਦਗੀ ਇੰਜ ਹੋ ਜਾਂਦੀ ਹੈ ਉਹ ਦਰਖਤ ਜਿਸ ਨੂੰ ਨਵੀਆਂ ਕੌਂਪਲਾਂ ਫੁੱਟੀਆਂ ਨੇ, ਨਵੇਂ ਫੁੱਲ ਲੱਗੇ ਨੇ, ਨਵੇਂ ਫਲ ਲੱਗੇ ਨੇ। ਔਰ ਐਸਾ ਹੋ ਸਕਦਾ ਹੈ ਕਿ ਕਿਸੇ ਦਰਖਤ ਨੂੰ ਫੁੱਲ ਲੱਗੇ ਨੇ, ਫਲ ਲੱਗੇ ਨੇ, ਪੱਤੇ ਲੱਗੇ ਨੇ, ਫਿਰ ਝੜ ਸਕਦੇ ਨੇ, ਪਰ ਕਿਧਰੇ ਮਨੁੱਖੀ ਜ਼ਿੰਦਗੀ ਨੂੰ ਇਹ ਫੁੱਲ ਫਲ ਲੱਗ ਜਾਣ ਕਦੀ ਝੜਦੇ ਵੀ ਨਹੀਂ। ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ ਪੰਛੀ ਕੇਲ ਕਰੰਦ। ਫਿਰ ਸਦੀਵੀ ਖੇੜਾ ਬਣਿਆ ਰਹਿੰਦਾ, ਸਦੀਵੀ ਹਰਿਆਵਲੀ ਬਣੀ ਰਹਿੰਦੀ ਹੈ। ਵਿਸਾਖ ਦੇ ਮਹੀਨੇ ਦਾ ਇਹ ਸੰਦੇਸ਼ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਸਾਖਾਂ ਨਵੀਆਂ ਵੇਸ ਦੇ ਵਿਚ ਲੀਨ ਹੋਈਆਂ ਨੇ, ਨਵੇਂ ਪੱਤੇ ਨਿਕਲ ਰਹੇ ਨੇ, ਨਵਾਂ ਸ਼ਿੰਗਾਰ ਕਰ ਰਹੀਆਂ ਨੇ। ਇਹ ਬੰਦੇ ਤੂੰ ਪੁਰਾਣੀਆਂ ਗੱਲਾਂ ਚ ਉਲਝਿਆ ਹੋਇਆ, ਪੁਰਾਣੇ ਝਮੇਲਿਆਂ ਚ ਉਲਝਿਆ ਹੋਇਆ, ਜੀਵਨ ਵਿਚ ਨਵੀਨਤਾ ਨੂੰ ਜਨਮ ਦੇ, ਨਵੇਂ ਖਿਆਲਾਂ ਨੂੰ ਜਨਮ ਦੇ, ਨਵੇਂ ਗੀਤ ਨੂੰ ਜਨਮ ਦੇ, ਨਵੇਂ ਸੰਗੀਤ ਨੂੰ ਜਨਮ ਦੇ।